ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਕਲਾਕਾਰ ਕਰਮਜੀਤ ਅਨਮੋਲ ਸਾਡੇ ਨਾਲ ਮੌਜੂਦ ਨੇ। ਤਾਂ ਅਨਮੋਲ ਜੀ, ਕਿੱਦਾਂ ਦਾ ਪ੍ਰਚਾਰ ਚੱਲ ਰਿਹਾ ਫਰੀਦਕੋਟ ਦੀ ਜਨਤਾ ਦੇ ਨਾਲ, ਤੇ ਕਈ ਕੁਝ ਦੇਖਣ ਨੂੰ ਵੀ ਮਿਲ ਰਿਹਾ, ਤੁਹਾਡਾ ਵਿਰੋਧ ਵੀ ਦੇਖਣ ਨੂੰ ਮਿਲ ਰਿਹਾ, ਹਾਲਾਂਕਿ ਹੰਸਰਾਜ ਹੰਸ ਦਾ ਵਿਰੋਧ ਜ਼ਿਆਦਾ ਦੇਖਣ ਨੂੰ ਮਿਲ ਰਿਹਾ, ਇਹ ਕੀ ਮਾਮਲਾ, ਕੀ ਹੈ, ਸੱਚਾਈ ਕੀ ਹੈ? ਨਹੀਂ, ਲੋਕਾਂ ਦਾ ਬਹੁਤ ਵਧੀਆ ਹੁੰਗਾਰਾ ਮਿਲਿਆ ਜੀ, ਵਿਰੋਧ ਤਾਂ ਨਹੀਂ, ਮੇਰਾ ਖਿਆਲ ਮੇਰਾ ਤਾਂ ਕਿਤੇ ਵੀ ਨਹੀਂ ਹੋਇਆ, ਉਹ ਮਾੜੀ ਮੋਟੀ ਕਿਤੇ ਕੋਈ ਕਿਸੇ ਸ਼ਰਾਰਤੀ ਅੰਸਰ ਨੇ ਉਹ ਕਰਤੀ ਹੋਣੀ, ਪਰ ਮੇਰੇ ਨਾਲ ਤਾਂ ਜਿੱਥੇ ਮਿਲੇ ਆ ਕੋਈ ਵੀ, ਉਹ ਪਿਆਰ ਨਾਲ ਹੀ ਮਿਲਿਆ ਸਾਰੇ ਬੰਦੇ। ਸੀਐਮ ਸਾਹਿਬ ਦੇ ਕੋਟੇ ਤੋਂ ਐ ਲਾ ਲਈਏ ਵੀ ਤੁਹਾਨੂੰ ਟਿਕਟ ਮਿਲੀ ਹੈ, ਤੇ ਅੱਜ ਸੀਐਮ ਸਾਹਿਬ ਟਿਪਸ ਦੇਣਗੇ ਉਮੀਦਵਾਰਾਂ ਨੂੰ, 13 ਦੇ 13 ਉਮੀਦਵਾਰਾਂ ਨੂੰ, ਤਾਂ ਪਹਿਲੇ ਵੀ ਟਿਪਸ ਦਿੱਤੇ ਹੋਣੇ, ਕਿਹੋ ਜਿਹੇ ਟਿਪਸ ਸੀਗੇ? ਦੇਖੋ ਜੀ, ਮੈਨੂੰ ਲੱਗਦਾ ਟਿਪਸ ਦੇਣ ਦੀ ਜ਼ਰੂਰਤ ਹੀ ਨਹੀਂ, ਸਰਕਾਰ ਦੇ ਕੰਮ ਹੀ ਇੰਨੇ ਅੱਛੇ ਆ, ਲੋਕ ਬਹੁਤ ਖੁਸ਼ ਹੈ। ਕਲਾਕਾਰ ਤੇ ਇੱਕ ਜੇ ਆਪਾਂ ਕਹੀਏ ਸਿਆਸਤਦਾਨ ਦੇ ਵਿੱਚ ਕੀ ਫਰਕ ਦੇਖਦੇ ਹੋ? ਕਲਾਕਾਰ ਕੋਲ ਲੋਕ ਆਪ ਆਉਂਦੇ ਆ, ਸਿਆਸਤਦਾਨ ਨੂੰ ਆਪ ਜਾਣਾ ਪੈਂਦਾ। ਮੁੱਦੇ ਕੀ ਨੇ ਫਰੀਦਕੋਟ ਦੇ ਆਪਾਂ ਜੇ ਗੱਲ ਕੀਤੀ ਜਾਵੇ ਤਾਂ, ਹਾਲਾਂਕਿ ਭਾਜਪਾ ਦਾ ਵਿਰੋਧ ਕਿਸਾਨ ਕਰਦੇ ਦਿਖ ਰਹੇ ਨੇ, ਤੇ ਕਲਾਕਾਰਾਂ ਲਈ ਸੀਟ ਕਿਤੇ ਨਾ ਕਿਤੇ ਪ੍ਰਚਾਰਿਤ ਕੀਤੀ ਜਾ ਰਹੀ ਹੈ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਜਿਹੜੇ ਇੱਕ ਤਾਂ ਜਿਹੜਾ ਮੈਂ ਦੇਖਿਆ ਫਰੀਦਕੋਟ ਦੇ ਵਿੱਚ, ਇੱਕ ਟਮਾਟਰਾਂ ਦੀ ਖੇਤੀ ਬਹੁਤ ਹੋ ਰਹੀ ਹੈ ਉੱਥੇ, ਅਤੇ ਉੱਥੇ ਕਹਿੰਦੇ ਕੋਈ ਫੂਡ ਪ੍ਰੋਸੈਸਿੰਗ ਦਾ ਕੋਈ ਪ੍ਰੋਜੈਕਟ ਲਾਇਆ ਜਾਵੇ। ਬਾਕੀ ਇੱਕ ਜਿਹੜੀ ਮੋਗੇ ਤੋਂ ਕੋਟਕਪੂਰਾ ਤੱਕ ਜਿਹੜੀ ਲੇਨ ਹੈ, ਰੇਲਵੇ ਲੈਨ, ਉਹਦਾ ਲੋਕ ਮੰਗ ਕਰ ਰਹੇ ਨੇ, ਕੁਛ ਹੋਰ ਕਾਫੀ ਕੁਛ ਹੈ ਜਿਹੜੇ ਮਤਲਬ ਕਰਨ ਵਾਲੇ ਨੇ। ਸੀਐਮ ਸਾਹਿਬ ਨੇ ਵੀ ਕੁਛ ਦੱਸਿਆ ਪ੍ਰਚਾਰ ਦਾ ਤਰੀਕਾ ਵੀ ਕਿਸ ਤਰੀਕੇ ਲੋਕਾਂ ਦੇ ਨਾਲ ਵਿਚਰਨਾ ਹੈ ਜਾਂ ਫਰੀਦਕੋਟ ਦੀ ਜਨਤਾ ਦੇ ਨਾਲ ਸਾਂਝ ਪਾਣੀ ਹੈ? ਦੇਖੋ ਜੀ, ਜਿੰਨੇ MLA ਸਾਹਿਬਾਨ ਨੇ ਉਹ ਆਪਣੇ ਰਿਪੋਰਟ ਕਾਰਡ ਲੈ ਕੇ ਜਾਂਦੇ ਆ, ਲੋਕਾਂ ਦੇ ਵਿੱਚ ਦੱਸਦੇ ਆ ਕਿ ਅਸੀਂ ਆਹ ਕੰਮ ਕੀਤੇ ਆ, ਔਰ ਕਈਆਂ 'ਚ ਤਾਂ ਦੱਸਣ ਦੀ ਲੋੜ ਨਹੀਂ ਪੈਂਦੀ, ਲੋਕ ਆਪ ਉੱਠ ਕੇ, ਪਹਿਲਾਂ ਹੁੰਦਾ ਸੀ ਮੰਗ ਪੱਤਰ ਦਿੰਦੇ ਸੀ ਸਾਡੇ ਆਹ ਕੰਮ ਕਰਨ ਵਾਲੇ ਆ, ਹੁਣ ਲੋਕ ਕੋਈ ਸਰਪੰਚ ਜਾਂ ਕੋਈ ਉੱਥੋਂ ਦਾ ਮੋਹਤਬਰ ਬੰਦਾ ਉੱਠ ਕੇ ਕਹਿੰਦਾ ਵੀ ਸਾਡੇ ਪਿੰਡ ਆਹ ਕੰਮ ਹੋ ਚੁੱਕੇ ਆ। ਤੁਹਾਡੇ ਸਾਥੀ ਕਲਾਕਾਰ ਬੀਨੂ ਢਿੱਲੋ ਅਤੇ ਗੁਰਪ੍ਰੀਤ ਘੁੱਗੀ ਦੀਆਂ ਚਰਚਾਵਾਂ ਚੱਲ ਰਹੀਆਂ ਸੀਗੀਆਂ ਕਿ ਉਹ ਭਾਜਪਾ ਵਾਸਤੇ ਚੋਣ ਪ੍ਰਚਾਰ ਕਰਨਗੇ, ਪਰ ਅਗਲੇ ਦਿਨ ਤੁਹਾਡੀ ਗੱਡੀ ਦੇ ਵਿੱਚ ਤੁਹਾਡੇ ਨਾਲ ਚੋਣ ਪ੍ਰਚਾਰ ਕਰਦੇ ਦਿਖ ਰਹੇ, ਕੀ ਮਾਜਰਾ ਕੀ ਸੀਗਾ ਇਹ? ਨਹੀਂ ਜੀ, ਉਹ ਤਾਂ ਉਹਨਾਂ ਨੇ ਵੈਸੇ ਹੀ ਮੇਰਾ ਖਿਆਲ ਆ ਭਾਜਪਾ ਵਾਲਿਆਂ ਨੇ ਪੋਸਟਰ ਛਾਪਤੇ ਸੀਗੇ, ਉਹ ਕਦੇ ਵੀ ਨਹੀਂ ਜਾ ਸਕਦੇ ਭਾਜਪਾ ਵੱਲ, ਅਤੇ ਉਹ ਉਸ ਦਿਨ ਬਿੰਨੂ ਜੀ ਮੇਰੇ ਕੋਲ ਹੀ ਸੀਗੇ, ਘੁੱਗੀ ਭਾਅ ਜੀ ਵੀ ਆਉਣਗੇ, ਹੋਰ ਵੀ ਸਾਰੇ ਕਲਾਕਾਰ, ਸਾਰਿਆਂ ਦੇ ਫੋਨ ਆਉਂਦੇ ਰਹਿੰਦੇ ਵੀ ਜਦੋਂ ਜਦੋਂ ਸਾਨੂੰ ਬੁਲਾਇਆ ਤਾਂ ਦੱਸ ਦਿਓ। ਅਤੇ ਜੇ ਫਰੀਦਕੋਟ ਦੀ ਜਨਤਾ ਤੁਹਾਨੂੰ ਮੌਕਾ ਦਿੰਦੀ ਹੈ ਤਾਂ ਸੰਸਦ ਦੇ ਵਿੱਚ ਅਜਿਹੇ ਕਿਹੜੇ ਕੰਮ ਹੋਣਗੇ ਜਾਂ ਅਜਿਹੇ ਕਿਹੜੀਆਂ ਗੱਲਾਂ ਹੋਣਗੀਆਂ ਜੋ ਮੁੱਖ ਤੌਰ 'ਤੇ ਚੁੱਕੀਆਂ ਜਾਣਗੀਆਂ? ਦੇਖੋ ਜੀ, ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕਿਆ, ਇੱਕ ਤਾਂ ਜਿਹੜਾ ਉੱਥੇ ਜਿਹੜਾ ਕੋਈ ਯੂਨੀਵਰਸਿਟੀ ਇਹੋ ਜਿਹੀ ਹੋਵੇ ਜਿਹੜੀ ਜਿਹਦੇ 'ਚ ਹੁਨਰ ਸਿਖਾਇਆ ਜਾਵੇ, ਜਾਂ ਜਿਹੜੀਆਂ ਆਈਟੀਆਈਜ਼ ਨੇ ਉਹਨਾਂ ਨੂੰ ਅਪਗ੍ਰੇਡ ਕੀਤਾ ਜਾਵੇ। ਬਾਕੀ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸ ਹੀ ਚੁੱਕਿਆ, ਜਿਹੜੇ ਮੁੱਦੇ ਨੇ ਰੇਲਵੇ ਦਾ ਮੁੱਦਾ, ਉੱਥੇ ਸੇਮ ਹੈ, ਉਹਦਾ ਵੀ ਮੁੱਦਾ ਹੈ, ਕਾਫੀ ਮੁੱਦੇ, ਬਾਕੀ ਉੱਥੇ ਰਹਿਣ ਕਰਕੇ ਹੋਰ ਵੀ ਪਤਾ ਲੱਗੂਗਾ। ਫਰੀਦਾਂ ਦੀ ਧਰਤੀ ਕਿਹਾ ਜਾਂਦਾ ਫਰੀਦਕੋਟ ਸਾਹਿਬ ਤੋਂ, ਅਤੇ ਹੰਸਰਾਜ ਹੰਸ ਵੀ ਕਹਿੰਦੇ ਆ ਮੈਂ ਪਿਆਰ ਵੰਡਣ ਆਇਆ, ਅਤੇ ਤੁਸੀਂ ਕੀ ਲੋਕਾਂ ਨੂੰ ਕਹਿ ਰਹੇ ਹੋ? ਮੈਂ ਤਾਂ ਜੀ ਇਹੀ ਹੈ ਕਿ ਤੁਸੀਂ ਮੈਨੂੰ ਇੱਕ ਵਾਰੀ ਮੌਕਾ ਦਿਓ ਅਤੇ ਮੈਂ ਉਹਨਾਂ ਦੀਆਂ ਉਮੀਦਾਂ 'ਤੇ ਖੁਰਾ ਉਤਰੂੰਗਾ। ਅਤੇ ਨਾਨਕਾ ਪਰਿਵਾਰ ਕਿਹਾ ਜਾਂਦਾ ਤੁਹਾਡਾ ਫਰੀਦਕੋਟ 'ਤੇ, ਕੁਝ ਫਾਇਦਾ ਮਿਲੇਗਾ ਨਾਨਕਾ ਪਰਿਵਾਰ ਦਾ, ਕੋਈ ਨਾਨਕੇ ਮਦਦ ਕਰ ਰਹੇ ਹਾਂ? ਬਿਲਕੁਲ ਜੀ, ਮੈਂ ਉੱਥੇ ਪੜ੍ਹਿਆ ਹੋਇਆ ਅਤੇ ਮਿਲ ਰਿਹਾ ਜੀ ਪਿਆਰ, ਫਰੀਦਕੋਟ ਦੀ ਜਨਤਾ ਪਿਆਰ ਕਰ ਰਹੀ ਹੈ, ਹਾਲਾਂਕਿ ਨਾਨਕੇ ਨੇ ਕਰਮਜੀਤ ਅਨਮੋਲ ਦੇ ਫਰੀਦਕੋਟ ਸਾਹਿਬ, ਤਾਂ ਹੁਣ ਜਨਤਾ ਫਰੀਦਕੋਟ ਦੀ ਕਰਮਜੀਤ ਅਨਮੋਲ ਨੂੰ ਮੌਕਾ ਦਿੰਦੀ ਹੈ ਸੰਸਦ ਦੇ ਵਿੱਚ ਜਾਣ ਦਾ, ਕਿ ਤੁਸੀਂ ਫਰੀਦਕੋਟ ਦੀ ਆਵਾਜ਼ ਜਿਹੜੀ ਹੈ ਸੰਸਦ ਦੇ ਵਿੱਚ ਚੁੱਕੋ ਜਾਂ ਫਿਰ ਕਿਸੇ ਹੋਰ ਉਮੀਦਵਾਰ ਨੂੰ ਮੌਕਾ ਮਿਲੇਗਾ, ਤਾਂ ਇਹ ਹਾਲਾਂਕਿ ਦੇਖਣਾ ਹੋਵੇਗਾ। ਵੀਡੀਓ ਜਨ ਹਰਿੰਦਰ ਦੇ ਨਾਲ ਵਿਜੇਵਰਾ, ਫੈਕਟ ਨਿਊਜ਼, ਜ਼ੀਰਕਪੁਰ।